ਹਾਂ ਉਹ ਤਸਵੀਰਾਂ ਹੈਗੀਆਂ ਹੈ ਜਿੱਥੇ ਲਗਭਗ 4 ਤੋਂ 5 ਫੁੱਟ ਜਿਹੜੀ ਹੈ ਇੱਥੋਂ ਮਾਲ ਜਿਹੜਾ ਉਹ ਚੁੱਕਿਆ ਜਾ ਰਿਹਾ। ਜਿਹੜੀ ਇਹ ਡੀਸਿਲਟਿੰਗ ਹੋ ਰਹੀ ਹੈ ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਇੱਥੇ ਬਿਲਕੁਲ ਪੁਲ ਦੇ 100 ਮੀਟਰ ਦੇ ਨਜ਼ਦੀਕ ਹੋ ਰਹੀ ਹੈ, ਜਿਹੜਾ ਵੈਸੇ ਹੀ ਕਾਨੂੰਨ ਤੋਂ ਬਾਹਰ ਹੈ ਜੀ। ਜੇ ਕਾਨੂੰਨ ਕਹਿੰਦਾ ਹੈ ਕਿ ਘੱਟੋ ਘੱਟ ਬ੍ਰਿਜ ਤੋਂ 1 ਕਿਲੋਮੀਟਰ ਦੂਰ ਹੋਣੀ ਚਾਹੀਦੀ ਆ। ਇੱਥੇ ਪਹਿਲਾਂ ਵੀ ਡੀਸਿਲਟਿੰਗ ਦੇ ਨਾਂ 'ਤੇ ਮੈਨਿੰਗ ਹੋਈ ਵੀ ਆ। ਆ ਤੁਸੀਂ ਬ੍ਰਿਜ ਦੇ ਖੂਹ ਦੇਖੋ ਜੀ, ਉਹ 3-3, 4-4 ਫੁੱਟ ਨੀਵੇਂ ਹੋਏ ਵੇ ਆ। ਜਦੋਂ ਹੋਰ ਇੱਥੇ ਮੈਨਿੰਗ ਹੋਵੇਗੀ ਤਾਂ ਖੂਹ ਘੱਟੋ ਘੱਟ ਬਹੁਤ ਨੀਵੇਂ ਚੱਲ ਜਾਣਗੇ। ਜਿਹੜਾ ਐਲਗਰਾਂ ਵਾਲਾ ਪੁਲ ਹੈ ਉਹਦੀ ਕੰਡੀਸ਼ਨ ਇੱਥੇ ਬਣ ਜਾਏਗੀ। ਪਹਿਲਾਂ ਵੀ ਪੁਲ ਇਹ ਬਾਬਿਆਂ ਨੇ ਲਾਇਆ ਹੋਇਆ, ਇੱਥੇ ਬੜੀ ਮੁਸ਼ਕਤ ਨਾਲ ਇਹ ਪੁਲ ਬਣਿਆ ਹੈ। ਜੇ ਕੱਲ੍ਹ ਨੂੰ ਇਹ ਪੁਲ ਗਿਰ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਜੀ? ਸੁਪਰੀਮ ਕੋਰਟ ਦੀ ਗਾਈਡਲਾਈਨ ਆਈ ਹੈ ਜੀ, ਇਹ ਮੇਰੇ ਹੱਥ ਦੇ ਵਿੱਚ ਹੈ, ਜਿਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਿ ਜਦੋਂ ਵੀ ਕਿਤੇ ਵੀ ਮੈਨਿੰਗ ਹੋਣੀ ਆ, ਚਾਹੇ ਉਹ ਪੰਜਾਬ ਆ ਜਾਂ ਕਦੇ ਕਿਸੇ ਵੀ ਅਦਰ ਸਟੇਟ ਹੈ, ਸਭ ਤੋਂ ਪਹਿਲਾਂ ਉਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਮੈਨਿੰਗ ਹੋਣੀ ਆ ਉਹਦਾ ਮੈਨਿੰਗ ਪਲਾਨ ਬਣੇਗਾ। ਮੈਨਿੰਗ ਪਲਾਨ ਬਣਨ ਤੋਂ ਬਾਅਦ ਜੀ ਫਿਰ ਉੱਥੇ ਦੀ ਪਬਲਿਕ ਹੀਅਰਿੰਗ ਹੋਏਗੀ ਕਿ ਉਸ ਦੇ ਇਲਾਕੇ ਦੇ ਲੋਕਾਂ ਨੂੰ ਕੋਈ ਇਤਰਾਜ਼ ਹੈ ਕਿ ਨਹੀਂ ਹੈ। ਪਿੰਡ ਵਾਲੇ ਤੁਹਾਡੇ ਸਹਿਮਤ ਹੈ? ਸਭ ਸਹਿਮਤ ਹੈ ਜੀ ਪਿੰਡ ਵਾਲੇ। ਮੈਂ ਇੱਥੇ ਦਾ ਵਸਨੀਕ ਹਾਂ। ਇਹ ਭਾਅ ਜੀ ਬਾਹਰ ਤੋਂ ਆ ਕੇ ਬਲੈਕਮੇਲ ਕਰਨ ਦੇ ਚਾਂਸ ਨਾਲ ਆ ਗਏ। ਅਸੀਂ ਇੱਥੇ ਪਿੰਡ ਵਾਲੇ ਡੀਸਲਟਿੰਗ ਇਸ ਲਈ ਕਰਵਾ ਰਹੇ ਆ ਵੀ ਸਾਡੇ ਪਿੰਡ ਨੂੰ ਬਹੁਤ ਖਤਰਾ ਜੀ। ਜਦੋਂ ਪਾਣੀ ਆਉਂਦਾ ਇੱਥੇ ਘਨੋਲੀ ਤੋਂ ਕਿਸੇ ਨੇ ਨਹੀਂ ਇੱਥੇ ਆਉਣਾ, ਇੱਥੇ ਸਾਨੂੰ ਹੀ ਸਾਨੂੰ ਕਢਾਉਣਾ ਪੈਂਦਾ ਸਾਡੇ 'ਤੇ ਜੋ ਸੰਤਾਪ ਹੰਢਦਾ ਨਾ ਇੱਥੇ। ਹੁਣ ਤਾਂ 1 ਸਾਲ ਹੋ ਗਿਆ, ਪਿਛਲੇ ਸਾਲ ਹੜ੍ਹ ਆਏ ਸੀ, ਉਦੋਂ ਤਾਂ ਇਹ ਮਟੀਰੀਅਲ ਪਿਆ, ਫਿਰ ਹੁਣ ਤੱਕ ਪਿੰਡ ਵਾਲਿਆਂ ਨੇ ਉਦੋਂ ਵੀ ਇੱਦਾਂ ਦੇ ਲੱਤਾਂ ਪਸੰਦ ਆ ਗਏ, ਮਾਲੇ ਕੰਮ ਨਹੀਂ ਹੋਣ ਦਿਆ ਕਰਦੇ, ਚੱਕ ਨਹੀਂ ਹੋਣ ਦਿਆ ਕਰਦੇ, ਕੋਈ ਨਾ ਕੋਈ ਲੱਤ ਪਸਾਣੇ ਵਾਲਾ ਜੰਮ ਜਾਂਦਾ। ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਕੁਛ ਨਹੀਂ ਕੀਤਾ ਹੈ, ਆਪਣੀ ਮਰਜ਼ੀ ਦੇ ਨਾਲ ਠੇਕੇਦਾਰਾਂ ਨੂੰ, ਇੱਥੇ ਦੇ ਮੰਤਰੀਆਂ ਨੂੰ, ਇੱਥੇ ਦੇ MLA ਨੂੰ ਫਾਇਦਾ ਦੇਣ ਵਾਸਤੇ ਇਹਨਾਂ ਨੇ ਇੱਥੇ ਨਾ ਲੋਕਾਂ ਦੇ ਪਬਲਿਕ ਦਾ ਖਿਆਲ ਕੀਤਾ, ਨਾ ਪੁਲ ਦਾ ਖਿਆਲ ਕੀਤਾ, ਕਿਸੇ ਚੀਜ਼ ਦਾ ਖਿਆਲ ਨਹੀਂ ਕੀਤਾ, ਸਿੱਧੇ ਤੌਰ 'ਤੇ ਇਹਨਾਂ ਨੇ ਮੈਨਿੰਗ ਕਰਨੀ ਚਾਲੂ ਕਰ ਦਿੱਤੀ। ਸਾਨੂੰ ਕੋਈ ਇਤਰਾਜ਼ ਨਹੀਂ ਆ ਭਾਅ ਜੀ, ਪੁਲ ਦਾ ਜਗ੍ਹਾ ਦੇਖ ਲਓ, ਬਾਹਰ ਦੇ ਬੰਦੇ ਜਿਹੜੇ ਆ ਪਾਣੀ ਦੇ ਲੈਵਲ 'ਤੇ ਵੀ ਉੱਚਾ ਚੱਕਿਆ ਕਰਦੇ, ਮਾਲ 4 ਫੁੱਟ ਮਾਲ ਚੱਕਿਆ, ਪਿੰਡ ਤੋਂ ਆ ਹਾਈਟ 'ਤੇ ਦੇਖੋ, ਨਾਲੇ ਬਾਹਰ ਦਾ ਮਾਲ ਦੇਖੋ, ਨਾਲੇ ਆਹ ਦਰਿਆ ਦਾ ਮਾਲ ਦੇਖੋ। ਕਿ ਅਗਰ ਇਹਨਾਂ ਕੋਲ ਕੋਈ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ, EC ਹੈਗੀ ਆ ਕਿ ਤੁਸੀਂ ਕੰਮ ਕਰਦੇ ਆ, ਮੈਨੂੰ ਕੋਈ ਵੀ ਸਜ਼ਾ ਦੇਣ ਨੂੰ ਮਨਜ਼ੂਰ, ਸਜ਼ਾ ਭੁਗਤਣ ਨੂੰ ਮਨਜ਼ੂਰ ਆ, ਮੈਨੂੰ ਕੋਈ ਵੀ ਸਜ਼ਾ ਦਈਏ, ਮੈਂ ਤੁਹਾਨੂੰ ਤੁਹਾਡੇ ਮਹਿਲ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਅਮੋਦ ਸਿੰਘ ਰਾਣਾ। ਅਸੀਂ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੁਰਜ ਵਿਖੇ। ਸਤਲੁਜ ਦਰਿਆ ਦੇ ਵਿੱਚ ਆਪਾਂ ਮੌਜੂਦ ਹਾਂ, ਜਿੱਥੇ ਪਿੰਡ ਬੁਰਜ ਦੇ ਵਿੱਚ ਡੀਸਿਲਟਿੰਗ ਦੇ ਨਾਂ 'ਤੇ ਜਿਹੜੀ ਹੈ ਉਹ ਮਾਈਨਿੰਗ ਕੀਤੀ ਜਾ ਰਹੀ ਹੈ। ਆਪਾਂ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਹਾਂ। ਆ ਉਹ ਤਸਵੀਰਾਂ ਹੈਗੀਆਂ ਹੈ ਜਿੱਥੇ ਲਗਭਗ 4 ਤੋਂ 5 ਫੁੱਟ ਜਿਹੜੀ ਹੈ ਇੱਥੋਂ ਮਾਲ ਜਿਹੜਾ ਉਹ ਚੁੱਕਿਆ ਜਾ ਰਿਹਾ। ਬੁਰਜ ਪਿੰਡ ਹੈਗਾ ਇਹ। ਜੇ ਆਪਾਂ ਡੀਸਿਲਟਿੰਗ ਦੀ ਜਾਂ ਮਾਈਨਿੰਗ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਵੱਡਾ ਬ੍ਰਿਜ ਬਣਿਆ ਹੋਇਆ ਜਾਂ ਪੁਲ ਬਣਿਆ ਹੋਇਆ ਉਹਦੇ ਤੋਂ 1 ਕਿਲੋਮੀਟਰ ਦੀ ਘੇਰੇ ਦੇ ਵਿੱਚ ਜਿਹੜੀ ਆ ਮਾਈਨਿੰਗ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੀ ਨਹੀਂ ਕੀਤੀ ਜਾ ਸਕਦੀ। ਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਪਿੰਡ ਜਿਹੜਾ ਬੁਰਜ ਨੂੰ ਜਾਣ ਵਾਲਾ ਪੁਲ ਹੈ ਉਹ ਸਾਹਮਣੇ ਹੈਗਾ ਹੈ। ਅਤੇ ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕੀ ਇਹ ਪਿੰਡ ਹੈਗਾ ਹੈ ਜਿੱਥੇ ਦੀਆਂ ਇਹ ਤਸਵੀਰਾਂ ਨੇ, ਸਤਲੁਜ ਦਰਿਆ ਦੀਆਂ ਇਹ ਤਸਵੀਰਾਂ ਨੇ, ਜਿੱਥੇ ਅੱਜ ਸਾਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਸਿੱਧ ਜੇ ਸਮਾਜ ਸੇਵੀ ਵਿਜੇਤਰ ਜਟਾਣਾ ਹੋਣਾ ਵੱਲੋਂ ਸਾਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਡੀਸਿਲਟਿੰਗ ਦੇ ਨਾਂ 'ਤੇ ਨਜਾਇਜ਼ ਤੌਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ
ਜ਼ਿਲ੍ਹਾ ਰੂਪਨਗਰ ਦੇ ਵਿੱਚ ਬਜਿੱਤਰ ਸਿੰਘ ਜਟਾਣਾ ਹੋਣੀ ਜਿਹੜੇ ਹੈ ਉਹ ਮਾਈਨਿੰਗ ਨੂੰ ਲੈ ਕੇ ਮੁੱਦੇ ਚੱਕ ਰਹੇ ਨੇ ਅਤੇ ਖਾਸ ਕਰਕੇ ਜਿਹੜੇ ਮਾਈਨਿੰਗ ਦੇ ਮੁੱਦਿਆਂ ਨੂੰ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਜਾਂ ਭਾਵੇਂ ਹਾਈ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ। ਗੱਲਬਾਤ ਜ਼ਰੂਰ ਕਰਦੇ ਹਾਂ ਬਜਿੱਤਰ ਜੀ, ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਕੁਝ ਡਾਕੂਮੈਂਟ ਹੱਥਾਂ ਦੇ ਵਿੱਚ ਫੜੇ ਹੋਏ ਨੇ, ਇਹ ਜਿਹੜਾ ਇੱਥੇ ਡੀਸੈਲਟਿੰਗ ਦੇ ਕੀਤੀ ਜਾ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਨਜਾਇਜ਼ ਤੌਰ 'ਤੇ ਹੋ ਰਹੀ ਹੈ, ਕਿਉਂ ਕਿਉਂ ਲੱਗਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਇਹ ਡੀਸੈਲਟਿੰਗ ਹੋ ਰਹੀ ਹੈ, ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਇੱਥੇ ਬਿਲਕੁਲ ਪੁਲ ਦੇ 100 ਮੀਟਰ ਦੇ ਨਜ਼ਦੀਕ ਹੋ ਰਹੀ ਹੈ, ਜਿਹੜਾ ਵੈਸੇ ਕਾਨੂੰਨ ਤੇ ਉਹ ਬਾਹਰ ਹੈ ਜੀ। ਜੇ ਕਾਨੂੰਨ ਕਹਿੰਦਾ ਹੈ ਕਿ ਘੱਟੋ ਘੱਟ ਬ੍ਰਿਜ ਤੇ 1 ਕਿਲੋਮੀਟਰ ਦੂਰ ਹੋਣੀ ਚਾਹੀਦੀ ਆ, ਇੱਥੇ ਪਹਿਲਾਂ ਵੀ ਡੀਸੈਲਟਿੰਗ ਦੇ ਨਾਂ ਤੇ ਮਾਈਨਿੰਗ ਹੋਈ ਵੀ ਆ। ਆ ਤੁਸੀਂ ਬ੍ਰਿਜ ਦੇ ਖੂਹ ਦੇਖੋ ਜੀ, ਉਹ 3-3, 4-4 ਫੁੱਟ ਨੀਵੇਂ ਹੋਏ ਵੇ ਆ। ਜਦੋਂ ਹੋਰ ਇੱਥੇ ਮਾਈਨਿੰਗ ਹੋ ਗਈ ਤੇ ਖੂਹ ਘੱਟੋ ਘੱਟ ਬਹੁਤ ਨੀਵੇਂ ਚੱਲ ਜਾਣਗੇ। ਜਿਹੜਾ ਐਲਗਰਾਂ ਵਾਲਾ ਪੁਲ ਹੈ ਉਹਦੀ ਕੰਡੀਸ਼ਨ ਇੱਥੇ ਬਣ ਜਾਏਗੀ। ਪਹਿਲਾਂ ਵੀ ਪੁਲ ਇਹ ਬਾਬਿਆਂ ਨੇ ਲਾਇਆ ਹੋਇਆ, ਇੱਥੇ ਬੜੀ ਮੁਸ਼ਕਤ ਨਾਲ ਇਹ ਪੁਲ ਬਣਿਆ ਹੈ। ਜੇ ਕੱਲ ਨੂੰ ਇਹ ਪੁਲ ਗਿਰ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਜੀ? ਦੂਸਰੀ ਗੱਲ ਇਹ ਹੈ, 28/4/2024 ਨੂੰ ਸੁਪਰੀਮ ਕੋਰਟ ਦੀ ਗਾਈਡਲਾਈਨ ਆਈ ਹੈ ਜੀ, ਇਹ ਮੇਰੇ ਹੱਥ ਦੇ ਵਿੱਚ ਹੈ, ਜਿਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਿ ਜਦੋਂ ਵੀ ਕਿਤੇ ਵੀ ਮਾਈਨਿੰਗ ਹੋਣੀ ਆ, ਚਾਹੇ ਉਹ ਪੰਜਾਬ ਆ ਜਾਂ ਕਦੇ ਕਿਸੇ ਵੀ ਅਦਰ ਸਟੇਟ ਹੈ, ਸਭ ਤੋਂ ਪਹਿਲਾਂ ਉਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਮਾਈਨਿੰਗ ਹੋਣੀ ਆ ਉਹਦਾ ਮਾਈਨਿੰਗ ਪਲਾਨ ਬਣੇਗਾ। ਮਾਈਨਿੰਗ ਪਲਾਨ ਬਣਨ ਤੋਂ ਬਾਅਦ ਜੀ ਫਿਰ ਉੱਥੇ ਦੀ ਪਬਲਿਕ ਹੀਅਰਿੰਗ ਹੋਏਗੀ ਕਿ ਉਸ ਦੇ ਇਲਾਕੇ ਦੇ ਲੋਕਾਂ ਨੂੰ ਕੋਈ ਇਤਰਾਜ਼ ਹੈ ਕਿ ਨਹੀਂ ਹੈ। ਪਬਲਿਕ ਹੀਅਰਿੰਗ ਹੋਣ ਤੋਂ ਬਾਅਦ ਜੀ ਇਹ ਇਨਵਾਇਰਮੈਂਟ ਕਲੀਅਰੈਂਸ ਵਾਸਤੇ, ਜਿਹਨੂੰ ਈਸੀ ਕਹਿੰਦੇ ਨੇ, ਉਹਦੇ ਵਾਸਤੇ ਸੈਂਟਰ ਗੌਰਮੈਂਟ ਕੋਲ ਜਾਂਦੀ ਆ ਸਰਕਾਰ ਵੱਲੋਂ ਅਪਰੂਵ ਹੋ ਕੇ ਕਿ ਅਸੀਂ ਉਸ ਜਗ੍ਹਾ ਮਾਈਨਿੰਗ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਰ ਲਈਏ ਕਿ ਨਾ ਕਰੀਏ। ਇਹ ਸਾਰੀਆਂ ਗੱਲਾਂ ਨੂੰ ਛੱਡਦੇ ਹੋਏ ਇਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਕੁਛ ਨਹੀਂ ਕੀਤਾ ਹੈ, ਆਪਣੀ ਮਰਜ਼ੀ ਦੇ ਨਾਲ ਠੇਕੇਦਾਰਾਂ ਨੂੰ, ਇੱਥੇ ਦੇ ਮੰਤਰੀਆਂ ਨੂੰ, ਇੱਥੇ ਦੇ MLA ਨੂੰ ਫਾਇਦਾ ਦੇਣ ਵਾਸਤੇ ਇਹਨਾਂ ਨੇ ਇੱਥੇ ਨਾ ਲੋਕਾਂ ਦੇ ਪਬਲਿਕ ਦਾ ਖਿਆਲ ਕੀਤਾ, ਨਾ ਪੁਲ ਦਾ ਖਿਆਲ ਕੀਤਾ, ਕਿਸੇ ਚੀਜ਼ ਦਾ ਖਿਆਲ ਨਹੀਂ ਕੀਤਾ, ਸਿੱਧੇ ਤੌਰ 'ਤੇ ਇਹਨਾਂ ਨੇ ਮਾਈਨਿੰਗ ਕਰਨੀ ਚਾਲੂ ਕਰ ਦਿੱਤੀ। ਤੁਸੀਂ ਕਹਿੰਦੇ ਆ ਵੀ ਇਹਦੀ ਜਿਹੜੀ ਮਨਜ਼ੂਰੀ ਲੈਣੀ, ਭਾਵੇਂ ਸਥਾਨਕ ਲੋਕਾਂ ਤੋਂ ਮਨਜ਼ੂਰੀ ਲੈਣੀ ਜਾਂ ਇਨਵਾਇਰਮੈਂਟ ਨੂੰ ਲੈ ਕੇ ਮਨਜ਼ੂਰੀ ਲੈਣੀ, ਹੋ ਸਕਦਾ ਉਹ ਮਨਜ਼ੂਰੀ ਲਈ ਹੋਣ ਇਹਨਾਂ ਨੇ? ਨਹੀਂ ਨਹੀਂ ਬਿਲਕੁਲ ਨਹੀਂ ਹੈਗੀ ਜੀ, ਇਹ ਤਾਂ 28/4/2024 ਦੀ ਹੈ, 28/3/2024 ਦੀ ਜੱਜਮੈਂਟ ਹੈ ਜੀ। ਔਰ ਕਲੀਅਰ ਕੱਟ ਇਹਨਾਂ ਦੇ ਆਪਣੇ ਚੀਫ ਸਾਹਿਬ ਨੇ ਹਰੇਕ ਮਹਿਕਮੇ ਨੂੰ ਚਿੱਠੀ ਲਿਖੀ ਹੈ, ਆ ਚਿੱਠੀ ਹੈ ਜੀ ਇਹਨਾਂ ਦੇ ਚੀਫ ਸਾਹਿਬ ਦੀ ਚਿੱਠੀ ਹੈ, ਇਹ ਮੇਰੀ ਚਿੱਠੀ ਨਹੀਂ ਹੈਗੀ ਇਹਨਾਂ ਚੀਫ, ਔਰ ਡਿਪਾਰਟਮੈਂਟ ਨੂੰ ਤਲਾਹ ਕੀਤੀ ਗਈ ਹੋਈ ਹੈ ਕਿ ਇਨ ਬਿਨ ਸੁਪਰੀਮ ਕੋਰਟ ਦੀ ਪਾਲਣਾ ਕੀਤੀ ਜਾਵੇ, ਪਰ ਇੱਥੇ ਕੋਈ ਪਾਲਣਾ ਨਹੀਂ ਕੀਤੀ ਜਾਂਦੀ। ਅਸੀਂ ਜਿਹੜੀ ਇਹ ਚਿੱਠੀ ਹੈ ਜਾਂ ਸੁਪਰੀਮ ਕੋਰਟ ਦੀ ਜੱਜਮੈਂਟ ਆ, ਇਹ ਅਸੀਂ ਇਹਨਾਂ ਦੇ ਪੋਰਟਲ 'ਤੇ ਗਏ, ਅਸੀਂ ਇਹਨਾਂ ਦਾ ਚਿੱਠੀ ਦਾ ਨੰਬਰ ਪਾ ਕੇ ਇਹਨਾਂ ਦਾ ਸਾਰਾ ਕੁਝ ਚੈੱਕ ਕੀਤਾ। ਉਸ ਜਗ੍ਹਾ 'ਤੇ ਇਹਨਾਂ ਨੇ ਐਡਾ ਬੜਾ ਧਾਂਦਲੇ ਦਾ ਸਿਸਟਮ ਬਣਾਇਆ ਹੋਇਆ ਹੈ ਕਿ ਕਿਸੇ ਨੂੰ ਕੋਈ ਚੀਜ਼ ਦਾ ਪਤਾ ਨਾ ਲੱਗੇ। ਇਹਨਾਂ ਨੇ ਉੱਥੇ ਲਾਈਨ ਦੇ ਵਿੱਚ ਜਿੱਥੇ ਨੰਬਰ ਪੈਂਦਾ ਇਹ ਲਿਖਤਾ ਹੈ ਕਿ ਇਹ ਮਿਸਿੰਗ ਹੈ, ਕਿਉਂਕਿ ਅਗਰ ਉਹ ਮਿਸਿੰਗ ਨਹੀਂ ਹੋਊਗੀ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ। ਜੇ ਉੱਥੋਂ ਮਿਸਿੰਗ ਆ ਤੁਹਾਡੇ ਕੋਲ ਡਾਕੂਮੈਂਟ ਕਿੱਥੋਂ? ਨਹੀਂ ਡਾਕੂਮੈਂਟ ਜੀ, ਅਸੀਂ ਸਮਾਜ ਸੇਵੀ ਦਾ ਕੰਮ ਕਰਦੇ ਹਾਂ, ਅਸੀਂ ਲੋਕਾਂ ਦੇ ਪ੍ਰਤੀ ਲੜਦੇ ਹਾਂ, ਅਸੀਂ ਤਾਂ ਦਿੱਲੀ ਤੋਂ ਸੁਪਰੀਮ ਕੋਰਟ ਤੋਂ ਲੈ ਕੇ ਪੇਪਰ ਕਢਾ ਕੇ ਲੈ ਕੇ ਆਏ ਹਾਂ ਜੀ, ਸਭ ਕੁਛ ਆ। ਅਸੀਂ ਜੇ ਲੜਾਈ ਲੜਨੀ ਆ ਤਾਂ ਲੜਾਈ ਕਿਸੇ ਤੱਥਾਂ ਦੇ ਉੱਪਰ ਲੜੀ ਜਾਂਦੀ ਹੈ ਜੀ। ਆਪਾਂ ਮੂੰਹ ਜਵਾਨੀ ਕਹਿ ਦਈਏ, ਮੂੰਹ ਜਵਾਨੀ ਤਾਂ ਕੱਲ੍ਹ ਨੂੰ ਜੇ ਅਸੀਂ ਲੜਾਂਗੇ ਕੱਲ੍ਹ ਨੂੰ ਸਾਡੇ 'ਤੇ ਪਰਚਾ ਦਰਜ ਕਰਕੇ ਸਾਨੂੰ ਅੰਦਰ ਕਰ ਦੇਣਗੇ। ਅਸੀਂ ਜੋ ਗੱਲ ਕਰ ਰਹੇ ਹਾਂ ਤੱਥਾਂ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ। ਇਹਨਾਂ ਨੇ ਬਿਲਕੁਲ, ਮੈਂ ਤਾਂ ਇੱਕ ਗੱਲ ਕਹਿੰਦਾ, ਇੱਕ ਨਾਲ ਬਿਲਕੁਲ ਸਟੋਨ ਕ੍ਰੈਸ਼ਰ ਲੱਗਿਆ ਹੋਇਆ ਜੀ, ਬਾਬਿਆਂ ਦਾ ਕ੍ਰੈਸ਼ਰ, ਜਿਹਨੇ ਬਾਬਿਆਂ ਨੇ ਪੁਲ ਲਾਇਆ ਉਹਨਾਂ ਦਾ ਹੀ ਸਟੋਨ ਕ੍ਰੈਸ਼ਰ ਲੱਗਿਆ ਹੋਇਆ ਹੈ। ਉਸ ਕ੍ਰੈਸ਼ਰ ਨੂੰ ਇਹ 1 ਰੁਪਈਏ ਦੀ 1 ਗਿੱਟੀ ਨਹੀਂ ਚੱਕਣ ਦਿੰਦੇ ਹੈਗੇ, ਕਿਉਂਕਿ ਇਹਨਾਂ ਨੇ ਪੈਸੇ ਕਮਾਉਣੇ ਹੁੰਦੇ ਆ ਮਾਲ ਵੇਚ ਕੇ, 1 ਨਹੀਂ ਦਿੰਦੇ। ਉਹ ਜਿਹੜੇ ਬਾਬੇ ਨੇ ਉਹ ਸਾਰੇ ਇਲਾਕੇ ਦਾ ਭਲਾਈ ਦਾ ਕੰਮ ਕਰਦੇ ਆ, ਪੁਲ ਉਹਨਾਂ ਨੇ ਲਾਇਆ, ਸੜਕਾਂ ਉਹ ਬਣਾਉਂਦੇ ਆ। ਦੱਸੋ ਜਿਹੜੇ ਬੰਦੇ ਇਲਾਕੇ ਦੀ ਭਲਾਈ ਦਾ ਕੰਮ ਕਰਦੇ ਆ,
ਉਹਨਾਂ ਵਾਸਤੇ ਇੱਕ ਪੱਥਰ ਚੱਕਣ ਦੀ ਇਜਾਜ਼ਤ ਨਹੀਂ ਹੈਗੀ, ਜਦਕਿ ਪਿੰਡ ਵਾਲੇ ਨੇ ਕਿਹਾ ਹੋਇਆ ਕਿ ਤੁਸੀਂ ਇੱਥੇ 9-10 ਕਿੱਲੇ ਦਿੱਤੇ ਹੋਏ ਕਿ ਮੈਨਿੰਗ ਕਰ ਸਕਦੇ ਹਾਂ ਔਰ ਚੱਕ ਸਕਦੇ ਹਾਂ, ਲੇਕਿਨ ਉਹਨਾਂ ਨੂੰ ਨਹੀਂ ਚੱਕਣ ਦੇ ਰਿਹਾ। ਠੇਕੇਦਾਰਾਂ ਨੂੰ ਚੱਕ ਮਤਲਬ ਲਾਭ ਦੇਣ ਵਾਸਤੇ ਸਾਰਾ ਕੁਛ, ਕੁਛ ਠੇਕੇਦਾਰ ਕਮਾਉਂਦੇ ਆ, ਕੁਛ MLA ਮੰਤਰੀ ਕਮਾਉਂਦੇ ਆ, ਕੁਛ ਡਿਪਾਰਟਮੈਂਟ ਵਾਲੇ ਕਮਾ ਰਹੇ ਆ, ਇਹ ਕਮਾ ਕੇ ਇਹਨਾਂ ਨੇ ਇਹ ਧੰਦਾ ਚਾਲੂ ਕੀਤਾ ਹੋਇਆ ਜੀ। ਲੱਗਦਾ ਨਹੀਂ ਇਹ ਬਚਿੱਤਰ ਜੀ ਵੱਡਾ ਇਲਜ਼ਾਮ ਤੁਸੀਂ ਲਾ ਰਹੇ ਹੋ, ਭਾਵੇਂ ਠੇਕੇਦਾਰਾਂ ਦੀ ਗੱਲ ਕਰ ਰਹੇ ਹੋ, MLA ਮੰਤਰੀਆਂ ਦੀ ਗੱਲ ਕਰ ਰਹੇ ਹੋ, ਵੱਡਾ ਇਲਜ਼ਾਮ ਲਾ ਰਹੇ ਹੋ। ਫਿਰ ਜੇ ਕੱਲ੍ਹ ਨੂੰ ਇਹ ਹੋ ਸਕਦਾ ਇਹਨਾਂ ਜਿਹੜਾ ਤੁਸੀਂ ਡੇਟ ਦੱਸ ਰਹੇ ਹੋ ਉਹ ਤੋਂ ਬਾਅਦ ਮਨਜ਼ੂਰੀ ਲੈ ਲਈ ਉਹਦੇ ਕੋਈ? ਸਰ ਜੀ ਮੈਂ ਇੱਕ ਵਾਅਦਾ ਕਰਦਾ, ਅਗਰ ਇਸ ਤੋਂ ਬਾਅਦ ਅਗਰ ਇਹਨਾਂ ਕੋਲ ਕੋਈ ਮਨਜ਼ੂਰੀ ਆ ਤਾਂ ਮੈਨੂੰ ਦਿਖਾ ਦੇਣ ਇਹ। ਜੇ ਇਹਨਾਂ ਕੋਲ ਮਨਜ਼ੂਰੀ ਹੁੰਦੀ ਤਾਂ ਇਹ ਗੱਡੀਆਂ ਵੀ ਭਰਦੇ ਅਤੇ ਸਾਰਾ ਕੁਛ ਕਰਦੇ। ਤੁਸੀਂ ਆਹ ਸਾਹਮਣੇ ਵਾਲੀ ਕੰਧ ਦੇਖੋ ਜੀ, ਤੁਸੀਂ ਅਗਰ ਇੱਥੇ ਤੋਂ ਡੀਸਿਲਟਿੰਗ ਇਹ ਕਰਨਗੇ ਤਾਂ ਇਹ ਦੱਸੋ ਕਿ ਇਹ ਕੰਧ ਬਚੇਗੀ? ਬਰਸਾਤਾਂ ਦੇ ਦਿਨ ਵਿੱਚ ਸਾਰੀ ਰੁੜ ਜਾਏਗੀ। ਇਹ ਬਿਲਕੁਲ ਨਜਾਇਜ਼ ਆ ਜੀ, ਇਹ ਸਰਕਾਰ ਦੀ ਮਿਲੀ ਭੁਗਤ ਨਾਲ ਚੱਲ ਰਹੀ ਆ, ਇਹਦੇ ਵਿੱਚ ਦੋ ਰਾਏ ਨਹੀਂ ਹੈਗੇ। ਅਗਰ ਇਹਨਾਂ ਕੋਲ ਕੋਈ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ, EC ਹੈਗੀ ਆ ਕਿ ਤੁਸੀਂ ਕੰਮ ਕਰਦੇ ਆ, ਮੈਨੂੰ ਕੋਈ ਵੀ ਸਜ਼ਾ ਦੇਣ ਨੂੰ ਮਨਜ਼ੂਰ, ਸਜ਼ਾ ਭੁਗਤਣ ਨੂੰ ਮਨਜ਼ੂਰ ਆ, ਮੈਨੂੰ ਕੋਈ ਵੀ ਸਜ਼ਾ ਦਈਏ, ਮੈਂ ਤੁਹਾਨੂੰ ਤੁਹਾਡੇ ਮੈਲਨ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਹੁਣ ਜਿਵੇਂ ਤੁਸੀਂ ਇੱਥੇ ਆਏ ਹੋ, ਆਹ ਅਸੀਂ ਦੇਖਦੇ ਹਾਂ ਵੀ ਮਸ਼ੀਨ ਇੱਥੇ ਖੜ੍ਹੀ ਹੈ, ਜਿਹੜੇ ਕੰਮ ਕਰਦੇ ਸੀ ਲੋਕ ਉਹ ਭੱਜ ਗਏ, ਟਿੱਪਰ ਟਰੈਕਟਰਾਂ ਵਾਲੇ ਜੋ ਵੀ ਸੀਗੇ, ਜਿੱਤੋਂ ਇਹ ਸਿੱਧ ਹੁੰਦਾ ਵੀ ਕਿਤੇ ਨਾ ਕਿਤੇ ਕੁਛ ਤਾਂ ਕਾਲਾ ਹੈਗਾ ਦਾਲ ਦੇ ਵਿੱਚ। ਜੇ ਹੁਣ ਜਿਸ ਤਰੀਕੇ ਨਾਲ ਮਸ਼ੀਨ ਖੜ੍ਹੀ ਆ, ਇਹ ਇੱਥੇ ਰੈਗੂਲਰ ਕੰਮ ਚੱਲਦਾ ਹੈ, ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਫਿਰ? ਨਹੀਂ ਜੀ, ਅਗਰ ਇਹ ਸੱਚੇ ਹੁੰਦੇ ਤਾਂ ਇਹ ਮਸ਼ੀਨ ਅੱਜ ਚੱਲਦੀ ਹੁੰਦੀ, ਗੱਡੀਆਂ ਵਾਲੇ ਟਰੈਕਟਰਾਂ ਵਾਲੇ ਗੱਡੀਆਂ ਲੈ ਕੇ ਨਾ ਭੱਜਦੇ। ਇਹ ਭੱਜੇ ਤਾਂ ਹੈ ਕਿ ਇਹਦੇ ਵਿੱਚ ਦਾਲ 'ਚ ਕਾਲਾ ਹੈ ਜੀ ਇਹ, ਕਿਉਂਕਿ ਪਹਿਲਾਂ ਅਸੀਂ ਪਹਿਲਾਂ ਵੀ ਆਏ ਸੀ ਸਵੇਰੇ, ਇੱਕ ਚੱਕਰ ਮੈਂ ਸਵੇਰੇ ਮਾਰ ਕੇ ਗਿਆ ਕਿ ਪਹਿਲਾਂ ਪਤਾ ਹੋਵੇ ਕਿ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਹੈਗੇ, ਕਿ ਜੋ ਤਲਾਹ ਮਿਲੀ ਸੀ ਆਪਾਂ ਨੂੰ, ਮੈਂ ਸਵੇਰੇ ਆਇਆ ਤਾਂ ਸਵੇਰੇ ਵੀ ਚੱਲ ਰਹੀ ਸੀਗੀ, ਜੇ ਚੱਲ ਰਹੀ ਸੀ ਤਾਂ ਹੁਣ ਕਿਉਂ ਇਹਨਾਂ ਨੇ ਬੰਦ ਕਰਤੀ? ਹੁਣ ਸਵੇਰੇ ਨਹੀਂ ਸੀ ਬੰਦ ਹੈਗੀ, ਹੁਣ ਇਹ ਬੰਦ ਹੈ, ਇਸ ਕਰਕੇ ਬੰਦ ਹੈ ਕਿ ਇਹਨਾਂ ਨੂੰ ਪਤਾ ਸੀਗਾ ਕਿ ਉਹ ਤੁਸੀਂ ਆਏ ਆ, ਕੁਛ ਆਣਿਆ ਕਿ ਸਾਡੀ ਪੋਲ ਖੁੱਲੇਗੀ। ਬਿਲਕੁਲ ਜੀ, ਇਸ ਤੋਂ ਇਲਾਵਾ ਜਿਹੜੇ ਮਸ਼ੀਨ ਵਾਲੇ ਆ, ਇੱਥੇ ਠੇਕੇਦਾਰ ਆ, ਉਹ ਵੀ ਪਹੁੰਚ ਗਏ ਆ। ਬਾਈ ਜੀ ਕੀ ਨਾਮ ਆਪਣਾ ਅਤੇ ਤੁਸੀਂ? ਮੇਰਾ ਪਿੰਡ ਬੁਰਜ ਹੈ ਜੀ, ਮੈਂ ਇੱਥੇ ਦਾ ਵਸਨੀਕ ਹਾਂ। ਇਹ ਭਾਅ ਜੀ ਬਾਹਰ ਤੋਂ ਆ ਕੇ ਬਲੈਕਮੇਲ ਕਰਨ ਦੇ ਚਾਂਸ ਨਾਲ ਆ ਗਏ, ਚਾਹੇ ਨਹੀਂ ਆਏ, ਚਾਹੇ ਜਿੰਦਾ ਮਰਜ਼ੀ, ਇਹਦੇ ਇਸ਼ੂ ਹੈ, ਇਹਨਾਂ ਨੂੰ ਪਤਾ। ਅਸੀਂ ਇੱਥੇ ਪਿੰਡ ਵਾਲੇ ਡੀਸਾਈਟਿੰਗ ਇਸ ਲਈ ਕਰਵਾ ਰਹੇ ਆ ਵੀ ਸਾਡੇ ਪਿੰਡ ਨੂੰ ਬਹੁਤ ਖਤਰਾ ਜੀ, ਜਦੋਂ ਪਾਣੀ ਆਉਂਦਾ ਇੱਥੇ ਘਨੋਲੀ ਤੋਂ ਕਿਸੇ ਨਾ ਨਹੀਂ ਇੱਥੇ ਆਉਣਾ, ਇੱਥੇ ਸਾਨੂੰ ਹਟਾਉਣਾ ਪੈਂਦਾ, ਸਾਡੇ 'ਤੇ ਜੋ ਸੰਤਾਪ ਹੰਡਦਾ ਨਾ ਇੱਥੇ, ਉਸ ਕਰਕੇ ਪਿੰਡ ਵਾਲਿਆਂ ਨੇ ਲਿਖ ਕੇ ਵੀ ਮੰਤਰੀ ਸਾਹਿਬ ਡੀਸਾਈਟਿੰਗ, ਤੁਸੀਂ ਕਹਿੰਦੇ ਅਸੀਂ ਡੀਸਾਈਟਿੰਗ ਕਰਾ ਰਹੇ ਆ, ਡੀਸੈਟਿੰਗ ਤੁਸੀਂ ਬੰਨ ਲਾਓ, ਉੱਥੇ ਤਾਂ ਕਿਤੇ ਬੰਨ ਹੈ ਨਹੀਂ ਹੈ, ਮਾਲ ਤਾਂ ਤੁਸੀਂ ਬਾਹਰ ਨਹੀਂ ਦੇ ਚੱਕੇ ਵੇਚਣ, ਮਾਲ ਇੱਥੋਂ ਬਾਹਰ ਸ਼ਿਫਟ ਕਰਨਾ, ਫਿਰ ਪੈਸਾ ਕਿੱਥੇ ਨੂੰ ਕਰ ਰਹੇ ਸੀ? ਪੈਸਾ ਕੌਣ ਦਊਗਾ ਜੀ? ਬਾਹਰ ਕੱਢਣ ਦਾ ਪੈਸਾ ਤੁਸੀਂ ਦਊਗੇ? ਜੀ ਵਗੈਰਾ ਬੈਠੇ ਆ, ਸਾਰੇ ਸਰਕਾਰ ਬੈਠੀ ਹੈ, ਪਰਚੀ ਕੱਟ ਹੋਊਗਾ ਜਾ ਰਹੀ ਜੀ, ਕੋਈ ਇਹ ਨਹੀਂ ਵੀ 2 ਨੰਬਰ ਦਾ ਹੈ, ਬਾਕੀ ਜਿੱਦਾਂ ਕਿਸੇ ਨੇ ਕਰਨੀ ਉਹ ਕਰੀ ਜਾਵੇ, ਕੋਈ ਗੱਲ ਨਹੀਂ ਜੀ। ਪਿੰਡ ਵਾਲੇ ਤੁਹਾਡੇ ਸਹਿਮਤ ਹੈ? ਸਭ ਸਹਿਮਤ ਹੈ ਜੀ ਪਿੰਡ ਵਾਲੇ ਜੀ। ਦੱਸੋ ਪਿੰਡ ਦਾ ਕੋਈ ਬੰਦਾ ਹੈ ਉਰੇ? ਨਹੀਂ, ਫਿਰ ਜਿਹੜਾ ਜਿੱਦਾਂ ਹੁਣ ਕਹਿੰਦੇ ਡੀਸੈਲਟਿੰਗ ਦਾ ਜਿਹੜਾ ਮੇਨ ਮੁੱਦਾ ਹੁੰਦਾ ਵੀ ਜਿਹੜਾ ਮਾਲ ਆ ਉਹ ਨਾਲ ਲਾ ਦਵੇ, ਸੜਕਾਂ ਦੇ ਨਾਲ ਇਹਦੇ ਨਾਲ ਲਾ ਦਵੇ, ਫਿਰ ਇਹ ਚੱਕ ਕੇ ਬਾਹਰ ਕੱਢ ਲੈ ਕੇ ਮਾਲ ਲੱਗਣ ਹੀ ਦਿਆ ਕਰਦੇ? ਮਾਲ ਦਰਿਆ ਦੇ ਵਿੱਚ ਜ਼ਿਆਦਾ ਜੀ, ਲਾਣਗੇ ਉਹ ਬੰਨ ਲੱਗਿਆ ਕਰਦਾ, ਉਹ ਵੀ ਲਾਊਗੇ ਜੀ, ਉਹ ਇਹ ਨਹੀਂ ਹੈ ਬਈ ਸਾਰਾ ਮਾਲ ਚੱਕ ਕੇ ਇੱਥੋਂ ਸ਼ਿਫਟ ਹੋ ਰਿਹਾ ਕਿਤੇ। ਅੱਛਾ, ਹਾਂਜੀ। ਨਹੀਂ ਹੁਣ ਮਾਲ ਜਿਹੜਾ ਹੁਣ ਤੁਸੀਂ ਕਹਿੰਦੇ ਬੰਨ ਨਾਲ ਲਾਊਂਗੇ, ਹੁਣ ਅੱਜ ਤਾਂ ਪਾਣੀ ਜਿਵੇਂ ਅੱਜ ਇਹਨਾਂ ਨੇ ਉੱਥੋਂ ਛੱਡਤਾ, ਨੰਗਲ ਡੈਮ ਤੋਂ ਛੱਡ ਦਿੱਤਾ ਗਿਆ, ਫਿਰ ਪਾਣੀ ਕਦੋਂ ਲੱਗੂਗਾ ਬੰਨ? ਪਹਿਲਾਂ ਤਾਂ ਜਾਂ ਤਾਂ ਪਹਿਲਾਂ ਇੱਥੇ ਪਾਣੀ, ਇਹ ਜੀ ਸਰਕਾਰੀ ਬੰਦੇ ਬੈਠੇ ਆ, ਜਈ ਵਗੈਰਾ ਬੈਠੇ ਆ, ਬਾਕੀ ਹੋਰ ਜੋ ਠੇਕੇਦਾਰ ਆ ਸਭ ਬੈਠੇ ਆ ਜੀ। ਸਾਡਾ ਪਹਿਲਾ ਇਸ਼ੂ ਇਹੀ ਹੈ ਵੀ ਜਲਦੀ ਜਿਹੜਾ ਦਰਿਆ ਦੇ ਵਿੱਚ ਇਹ ਲੈਵਲ ਉੱਚਾ ਹੋ ਗਿਆ ਨਾ, ਫਲੋਰ ਨਾਲੋਂ ਜ਼ਮੀਨ ਨਾਲੋਂ ਲੈਵਲ ਇਹ ਦਰਿਆ ਦਾ ਉੱਚਾ ਹੋ ਗਿਆ ਵੀ ਇਹ ਜਲਦੀ ਤੋਂ ਜਲਦੀ ਥੋੜ੍ਹਾ ਡਾਊਨ ਹੋ ਸਕੇ, ਉਸ ਕਰਕੇ ਪਹਿਲਾਂ ਮਾਲ ਹੁਣ ਤਾਂ 1 ਸਾਲ ਹੋ ਗਿਆ, ਪਿਛਲੇ ਸਾਲ ਹੜ੍ਹ ਆਏ ਸੀ ਉਦੋਂ ਤਾਂ ਇਹ ਮਟੀਰੀਅਲ ਪਿਆ, ਫਿਰ ਹੁਣ ਤੱਕ ਪਿੰਡ ਵਾਲਿਆਂ ਨੇ ਕਿਉਂ? ਉਦੋਂ ਵੀ ਇੱਦਾਂ ਦੇ ਲੱਤਾਂ ਪਸੰਦ ਆ ਗਏ, ਮਾਲ ਇਹ ਕੰਮ ਨਹੀਂ ਹੋਣ ਦਿਆ ਕਰਦੇ, ਚੱਕ ਨਹੀਂ ਹੋਣ ਦਿਆ ਕਰਦੇ, ਕੋਈ ਨਾ ਕੋਈ ਲੱਤ ਪਸਾਣੇ ਵਾਲਾ ਜੰਮ ਜਾਂਦਾ, ਰੇਕ ਨੂੰ ਆ ਜਾਂਦਾ ਜੀ, ਹਰੇਕ ਨੂੰ ਹੁੰਦਾ। ਕੋਈ ਮਾਈਨਿੰਗ ਚੱਲ ਰਹੀ ਗਾਂਪਰ ਸਾਡੇ, ਦਿਨ ਰਾਤ ਚੱਲਦੀ, ਉੱਥੇ ਕੋਈ ਨਹੀਂ ਬੋਲਦਾ ਜੀ,
ਜਿੱਥੋਂ ਕੁਛ ਮਿਲ ਜਾਂਦਾ ਉੱਥੋਂ ਕੁਛ ਨਹੀਂ ਦਿੰਦਾ ਬੋਲਣਾ ਜੀ ਇੱਥੋਂ ਤੋਂ ਮਾੜੀ ਸਫਾਈ ਹੋ ਰਹੀ ਹੁਣ ਜਿਵੇਂ ਤੁਸੀਂ ਕਹਿੰਦੇ ਜਦੋਂ ਤੁਸੀਂ ਆਪਣੀ ਸਹਿਮਤੀ ਦੇ ਨਾਲ ਚੁਕਾ ਰਹੇ ਹੋ ਪਰ ਜਿਵੇਂ ਪੁਲ ਹੈਗਾ ਨੇੜੇ ਪੁਲ ਦੇ ਉਹ ਖੂਹ ਜਿਹੜੇ ਆ ਉੱਪਰ ਆ ਗਏ ਆ ਲੱਗਦਾ ਨਹੀਂ ਕਿ ਮਾਲ ਨੂੰ ਪਹਿਲਾਂ ਸਾਡੇ ਠੀਕ ਹੈ ਜੀ ਤੁਸੀਂ ਦਿਖਾ ਵੀ ਸਕਦੇ ਆ ਪੁਲ ਬਿਲਕੁਲ ਸਹੀ ਹੈ ਜਿੱਥੇ ਹੈ ਉੱਥੇ ਹੀ ਕੋਈ ਤੇ ਨਹੀਂ ਵੀ ਜ਼ਿਆਦਾ ਚੱਕ ਹੋਵੇ ਕੁਛ ਨਹੀਂ ਚੱਕ ਹੋਵੇ ਜੀ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਜਦੋਂ ਕੋਈ ਇਤਰਾਜ਼ ਨਹੀਂ ਜੀ ਸਾਰੇ ਪਿੰਡ ਦੇ ਬੰਦੇ ਆ ਪਿੰਡ ਵਾਲੇ ਬੰਦੇ ਸਾਰੇ ਆਏ ਇਤਰਾਜ਼ ਆ ਕਾਹਦਾ ਇਤਰਾਜ਼ ਬਿਲਕੁਲ ਜੀ ਪਿੰਡ ਵਾਲਿਆਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਆ ਬਾਈ ਜੀ ਤੇ ਦੱਸੋ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਨਾ ਭਾਈ ਮੇਰੀ ਵੀਡੀਓ ਨਾ ਬਣਾਈ ਨਹੀਂ ਤੁਹਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਆ ਭਾਜੀ ਪੁਲ ਦਾ ਜਗ੍ਹਾ ਦੇਖ ਲਓ ਬਾਹਰ ਦੇ ਬੰਦੇ ਜਿਹੜੇ ਆ ਪਾਣੀ ਦੇ ਲੈਵਲ ਤੇ ਵੀ ਉੱਚਾ ਚੱਕਿਆ ਕਰਦੇ ਮਾਲ 4 ਫੁੱਟ ਮਾਲ ਚੱਕਿਆ ਪਿੰਡ ਤੋਂ ਆ ਹਾਈਟ ਤੇ ਦੇਖੋ ਨਾਲੇ ਬਾਹਰ ਦਾ ਮਾਲ ਦੇਖੋ ਨਾਲੇ ਆ ਦਰਿਆ ਦਾ ਮਾਲ ਦੇਖੋ ਬਿਲਕੁਲ ਬਿਲਕੁਲ ਜੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਮਾਲ ਚੱਕਿਆ ਜਾ ਰਿਹਾ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਡੀਸੈਲਟਿੰਗ ਜੇ ਹੁੰਦੀ ਆ ਤਾਂ ਇਹਦੇ ਨਾਲ ਪਿੰਡ ਬਚ ਸਕਦਾ ਪਰ ਦੂਜੇ ਪਾਸੇ ਬਚਿੱਤਰ ਚਟਾਣਾ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਨਜਾਇਜ਼ ਤੌਰ 'ਤੇ ਜਿਹੜਾ ਇਹ ਮਾਲ ਚੱਕਿਆ ਜਾ ਰਿਹਾ ਉਹਨੂੰ ਕੋਈ ਜਿਹੜਾ ਮਾਲ ਚੱਕਣ ਦੀ ਕੋਈ ਮਨਜ਼ੂਰੀ ਨਹੀਂ ਹੈਗੀ ਇਹਨਾਂ ਦਾ ਕਿਤੇ ਨਾ ਕਿਤੇ ਪਿੰਡ ਦੇ ਲੋਕ ਵੀ ਇੱਥੇ ਇਕੱਠੇ ਹੋ ਗਏ ਨੇ ਪਿੰਡ ਦੇ ਲੋਕਾਂ ਦਾ ਇੱਕੋ ਗੱਲ ਕਹਿਣੀ ਹੈ ਕਿ ਜਿਹੜਾ ਮਾਲ ਜਿਹੜਾ ਇੱਥੋਂ ਚੱਕ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਨਾਲ ਪਾਣੀ ਪਿਛਲੇ ਸਾਲ ਅਸੀਂ ਤਸਵੀਰਾਂ ਦਿਖਾਈਆਂ ਸੀ ਹੜ੍ਹ ਦਾ ਪਾਣੀ ਜਿਹੜਾ ਇਹ ਉਹ ਬਿਉਰਜ ਪਿੰਡ ਦੇ ਵਿੱਚ ਵੜ ਗਿਆ ਸੀ ਜਾਂ ਹੋਰ ਪਿੰਡਾਂ ਦੇ ਵਿੱਚ ਵੜਿਆ ਸੀ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਪਰ ਜਿਸ ਤਰੀਕੇ ਨਾਲ ਹੁਣ ਇੱਕ ਪਾਸੇ ਸਮਾਜ ਸੇਵੀ ਬਚਿੱਤਰ ਚਟਾਣਾ ਹੈਗੇ ਆ ਦੂਜੇ ਪਾਸੇ ਪਿੰਡ ਦੇ ਲੋਕ ਹੈਗੇ ਆ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਮਾਲ ਜਿਹੜਾ ਉਹ ਚੱਕ ਹੋਣਾ ਚਾਹੀਦਾ ਅਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਨਜਾਇਜ਼ ਤੌਰ 'ਤੇ ਜਿਹੜਾ ਚੱਕਿਆ ਜਾ ਰਿਹਾ ਕਿਉਂਕਿ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਕਿ ਉਹ ਆਪਣੇ ਟਰੈਕਟਰਾਂ ਨਾਲ ਸਮਾਨ ਨੂੰ ਚੱਕ ਕੇ ਬਾਹਰ ਲੈ ਕੇ ਜਾ ਰਹੇ ਆ ਕਿਤੇ ਨਾ ਕਿਤੇ ਜਿਹੜਾ ਇਹ ਮਾਹੌਲ ਇਸ ਤਰੀਕੇ ਨਾਲ ਹੋ ਗਿਆ ਹੈ ਕਿ ਜਿਹੜੀ ਪਿੰਡ ਦੇ ਲੋਕਾਂ ਦੀ ਡਿਮਾਂਡ ਕੁਛ ਹੋਰ ਹੈ ਅਤੇ ਸਮਾਜ ਸੇਵੀ ਲੋਕਾਂ ਦਾ ਜਲਸਣਾ ਕੁਛ ਹੋਰ ਹੈ ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ ਮਨਜ਼ੂਰੀ ਹੋਈ ਹੋਈ ਹੈ ਜੀ ਜੀ ਸਰ ਸਾਡੇ ਅਫਸਰਾਂ ਨੂੰ ਪਤਾ ਜੀ ਤੁਹਾਨੂੰ ਕੀ ਪਤਾ ਤੁਹਾਨੂੰ ਪਤਾ ਨਹੀਂ ਤੁਸੀਂ ਮੌਕੇ 'ਤੇ ਆਏ ਨਹੀਂ ਪਤਾ ਕਿ ਦੇਖੋ ਜਿੰਨੇ ਵੀ ਕਾਜ ਹੁੰਦੇ ਨਾ ਜੀ ਉਹ ਹੁੰਦੇ ਦਫ਼ਤਰ ਦਫ਼ਤਰ ਕਾਜ ਹੁੰਦੇ ਇੱਥੇ ਭੇਜਿਆ ਤੁਹਾਨੂੰ ਇੱਥੇ ਭੇਜਿਆ ਤੁਹਾਨੂੰ ਕਾਸੀ ਦਾ ਪਤਾ ਨਹੀਂ ਸਾਨੂੰ ਸਾਰਾ ਕੁਝ ਪਤਾ ਵੀ ਸਾਰੇ ਅਫਸਰਾਂ ਨੇ ਮੈਨੂੰ ਜੋ ਵੀ ਸਾਨੂੰ ਭੇਜਿਆ ਹੈਗਾ ਹਾਂਜੀ ਉਹ ਤਾਂ ਮੁੜ ਕੇ ਕਿਸੇ ਨਾ ਕਿਸੇ ਪਰਮਿਸ਼ਨ ਨਾਲ ਹੀ ਭੇਜਿਆ ਹੋਣਾ ਉਹਨਾਂ ਸਾਡੀ ਡਿਊਟੀ ਲਾ ਦਿੰਦੇ ਜਿਹੜਾ ਮਾਲ ਇੱਥੋਂ ਚੱਕ ਹੋ ਰਿਹਾ ਇਹਦੀ ਮਨਜ਼ੂਰੀ ਕਿਸ ਤਰੀਕੇ ਨਾਲ ਹੋਈ ਹੋਈ ਹੈ ਇਹ ਤਾਂ ਹੁਣ ਸਾਡੇ ਅਫਸਰਾਂ ਨੇ ਪਤਾ ਨਹੀਂ ਦਫ਼ਤਰ 'ਚ ਹੁੰਦੇ ਸਾਰੇ ਕਾਜ ਹੁਣ ਮੇਰੇ ਕੋਲ ਤਾਂ ਇੱਥੇ ਕਾਜ ਹੁੰਦੇ ਨਹੀਂ ਤੁਹਾਨੂੰ ਕੀ ਕਹਿ ਕੇ ਭੇਜਿਆ ਇੱਥੇ ਸਾਨੂੰ ਤਾਂ ਇਹ ਵੀ ਇੱਥੇ ਬੁਰਜ ਦੇ ਡੀ ਸੈਲਟਿੰਗ ਕਰਾਉਣੀ ਹੈ ਜੀ ਇਹਦੇ ਕੋਈ ਮਾਰਕਿੰਗ ਹੋਈ ਹੈ ਨਿਸ਼ਾਨ ਮਾਰਕਿੰਗ ਹੋਈ ਹੋਈ ਹੈ ਇੱਥੇ ਤੱਕ ਹੋਈ ਹੋਈ ਹੈ ਇਹ ਤਾਂ ਜਿਹਨਾਂ ਨੇ ਮਾਰਕਿੰਗ ਕੀਤੀ ਉਹਨਾਂ ਨੂੰ ਪਤਾ ਮੈਂ ਮਾਰਕਿੰਗ ਨਹੀਂ ਕੀਤੀ ਕੋਈ ਪਤਾ ਨਹੀਂ ਨਾ ਮੈਂ ਮਾਰਕਿੰਗ ਨਹੀਂ ਕੀਤੀ ਮੈਨੂੰ ਥੋੜੀ ਪਤਾ ਜੀ ਜਿਹੜਾ ਮਾਰਕਿੰਗ ਸਾਡੇ ਤੁਸੀਂ ਕਿੱਥੇ ਕਰਾ ਕਿੱਦਾਂ ਕਰਾ ਸਕਦੇ ਕਿਸ ਤਰੀਕੇ ਨਾਲ ਕਰਾ ਰਹੇ ਤੁਸੀਂ ਦੱਸਿਆ ਨਾ ਸਰ ਇਹ ਏਰੀਆ ਸਾਰਾ ਚੱਕਣਾ ਜੀ ਸਰਕਾਰ ਨੇ ਉਸ ਤਰ੍ਹਾਂ ਹੀ ਕੰਮ ਹੋਣਾ ਸਾਰਾ ਕਿੰਨੇ ਦਿਨ ਹੋ ਗਏ ਚੱਲਦੇ ਨੇ ਇਹ ਹੋਇਆ ਜੀ 10 ਤਰੀਕ ਤੋਂ ਸ਼ੁਰੂ ਹੋਇਆ ਜੀ 10 ਤਰੀਕ ਤੋਂ 10 ਤਰੀਕ ਤੋਂ ਸ਼ੁਰੂ ਨਹੀਂ ਫਿਰ ਇਹ ਜਿਹੜਾ ਕਿੰਨਾ ਮਾਲ ਰੋਜ਼ ਜਾ ਰਿਹਾ ਕਿੰਨੇ ਟਿੱਪਰ ਜਾ ਰਹੇ ਇਹ ਤਾਂ 40-45 ਜਾਂਦੇ ਆ ਜੀ ਟਰਾਲੀਆਂ ਕਿੰਨੀਆਂ ਜਾ ਰਹੀਆਂ ਨਹੀਂ ਟਿੱਪਰ ਕੋਈ ਨਹੀਂ ਜਾਂਦਾ ਜੀ ਸਿਰਫ ਟਰਾਲੀਆਂ ਜਾ ਰਹੀਆਂ ਟਿੱਪਰ ਦਾ ਕੋਈ ਅੰਦਰ ਲੱਗਦਾ ਨਹੀਂ ਮਾਈਨਿੰਗ ਤਾਂ ਵਿਭਾਗ ਕਹਿੰਦਾ ਵੀ ਬੱਠਣਾ ਨਾਲ ਹੋਣੀ ਚਾਹੀਦੀ ਆ ਇਹ ਸਰ ਹੁਣ ਸਾਡੇ ਅਫਸਰਾਂ ਨੂੰ ਪਤਾ ਹੋਣਾ ਜੀ ਹੁਣ ਸਾਨੂੰ ਫਿਰ ਪਤਾ ਹੈ ਕੋਰਟ ਨੇ ਵੀ ਨਹੀਂ ਹੁਣ ਦੇਖੋ ਜਿਹੜਾ ਆਪਾਂ ਮਾਲ ਚੱਕਣਾ ਹੁਣ ਹੱਥ ਨਾਲ ਤਾਂ ਚੱਕ ਨਹੀਂ ਜਾਣਾ ਚੱਕਿਆ ਤਾਂ ਮਸ਼ੀਨ ਨਾਲ ਹੀ ਜਾਣਾ ਨਾ ਜੀ ਕੋਰਟ ਤਾਂ ਇਹ ਕਹਿੰਦਾ ਨਾ ਵੀ ਬੱਠਣਾ ਨਾਲ ਕਰਨੀ ਸਰ ਬੱਠਣਾ ਨਾਲ ਤੁਸੀਂ ਦੇਖੋ ਇੰਨਾ ਹੁਣ ਇੰਨਾ ਮੀਟਰ ਨੂੰ ਬੱਠਣਾ ਨਾਲ ਚੱਕਿਆ ਜਾ ਸਕਦਾ ਪਰ ਕੋਰਟ ਦੇ ਆਰਡਰ ਤੇ ਹੀ ਹੈ ਪਰ ਕੋਰਟ ਦੇ ਆਰਡਰ ਸਰ ਉਹ ਤਾਂ ਤੁਹਾਡੀ ਗੱਲ ਠੀਕ ਹੈ ਮਸ਼ੀਨ ਨਾਲ ਚੱਕਿਆ ਹੋਣਾ ਜੀ ਇਸ ਤਰ੍ਹਾਂ ਨਹੀਂ ਤੁਹਾਡੇ ਕੋਲ ਕੋਈ ਕਾਗਜ਼ਾਤ ਹੈਗਾ ਤੁਸੀਂ ਸਰ ਇਸ ਟਾਈਮ ਦੇਖੋ ਇਸ ਟਾਈਮ ਮੈਂ ਤਾਂ ਇੱਥੇ ਸਿਰਫ ਅਫਸਰ ਸਾਨੂੰ ਡਿਊਟੀ ਲਾਈ ਸਵੇਰੇ ਸਾਨੂੰ ਕਹਿੰਦਾ ਇੱਥੇ ਪਹੁੰਚਣਾ 8 ਵਜੇ ਲੈ ਕੇ 7 ਵਜੇ ਟੈਲੀ ਜਾਂਦੇ ਉਹਦੀ ਪਰਚੀ ਕੱਟਦੇ ਹੋ ਪਰਚੀ ਸਰਕਾਰੀ ਕੱਟੀ ਜਾ ਰਹੀ ਆਨਲਾਈਨ ਪਰਚੀ ਕੱਟੀ ਜਾਂਦੀ ਹੈ ਕਿੰਨੇ ਪੈਸੇ ਦੀ ਕੱਟਦੇ ਹੋ ਇਹ ਪੈਸੇ ਨਹੀਂ ਅਸੀਂ ਲਿਖਦੇ ਜੀ ਉਸ 'ਤੇ ਸਿਰਫ ਆਨਲਾਈਨ ਪਰਚੀ ਕੱਟਦੇ ਕਿੰਨਾ ਮਟੀਰੀਅਲ ਜਾਂਦਾ ਨਾ ਉਹ ਹੁੰਦਾ ਸੀ ਐਫ ਟੀ ਲਿਖੀ ਜਾਂਦੀ ਹੈ ਉੱਥੇ